ਮੋਟਾ ਪਾ ਦਿੰਦੇ ਆ ਇਹਦਾ ਫੇਕ ਫੇਨ ਭੱਜਣਾ ਜ਼ਬਾਨੋਂ ਕਿੱਦਾਂ ਕਹਿਣ ਕਹਿੰਦੇ ਕਿਵੇਂ ਭੱਜਣਗੇ ਜ਼ਬਾਨੋਂ ਇਹ ਲਿਖ ਕੇ ਦਿੰਦੇ ਆ ਲਿਖ ਕੇ ਦਿੰਦੇ ਹੋ ਜੀ ਬਾਪੂ ਜੀ ਕਹਿੰਦੇ ਲਿਖ ਕੇ ਦਿੰਦੇ ਹੋ ਲਿਖ ਦਿੰਦੇ ਭੱਜਦੇ ਕਰਜਾ ਮਾਫ ਦਾ ਕਰਤਾ ਆਵਾ ਕਹਿੰਦੇ ਕਰਤਾ ਦੱਸ ਬਾਪੂ ਤੁਸੀਂ ਇਕੱਠੇ ਹੀ ਹੈ ਕੀਤਾ ਆ ਲੈਫਟ ਕੀਤਾ ਮੈਂ ਲੈਫਟਾਂ ਨੂੰ ਮਾਫ ਕੀਤੀ ਆ ਲੈਫਟਾਂ ਦੱਸ ਬਸ ਆਪਾਂ ਤਾਂ ਪੈ ਚੁੱਕੀ ਜਾਣੇ ਆ बदला का ना आया ये तो पहले ही गल है बी जी लाठी है वो ही बचनी आने के हाँ पता लग गया फिर भी समर्थक देखो जी हम क्या कहिए कि ये बदले किनू पाइए दसो खड़ा किड़ा करिए सत श्रीकाल जी कोई गल नहीं उधर भी जावे पढ़िया लिखा बोलना नहीं आता नशा तो बहुत है चलता दूना सौ अगे भी पटांगा हों भी भगवंत मान सरकार आई तो पहला नहीं होया इना आस है लोगों भी आम आदमी पार्टी है आम आदमी की होनी चाहिए आ ना कि खास चक चक के ले जाओ मैं उस गल के बिल्कुल खिलाफ हाँ हैगा अज भी तुम मनो इन्हों के नाल ये नहीं कोई गल हैगी भी जी माफ लोगों की कीती है 600 यूनिट माफ किया सारे जटा ने भी किया अगे जो सरकार माफ कर दी ਫਿਰ ਐਕ ਦੀ ਜੇ ਬੇਬੇ ਨੇ ਕਿਹਾ ਮੈਂ ਨਹੀਂ ਝਾੜੂ ਨੂੰ ਪਾਉਂਦੀ ਮੈਂ ਤਾਂ ਕਿਤੇ ਹੋਰ ਪਾਉਂ ਤਾਂ ਪਾ ਦੇ ਜਿੱਥੇ ਪਾਉਣੀ ਉਹਨੇ ਹਾਂ ਉਹ ਲੜਾਈ ਥੋੜੋ ਕਰਨੀ ਹੈ। ਸਤਿ ਸ਼੍ਰੀ ਅਕਾਲ RMB ਟੈਲੀਵਿਜ਼ਨ ਦੇਖ ਰਹੇ ਹੋ ਮੈਂ ਸੰਸਾਰਦੀਪ ਸਿੰਘ ਪੰਜਾਬ ਦਾ ਸਿਆਸੀ ਅਖਾੜਾ ਇੱਕ ਵਾਰੀ ਫੇਰ ਭਖਦਾ ਜਾ ਰਿਹਾ ਕਿਉਂਕਿ ਸੰਤੋਖ ਸਿੰਘ ਚੌਧਰੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ जलंधर लोग सभा हल्के की सीट जिहड़ी खाली हो गई सी उसदे 10 मई नूं चोणां करवाउण दा ऐलान कर दिता गया। पार्टियां अपनी अपनी जित नूं लैके आसवंद ने लोगों की कचहरी दे विच जिहड़े ने अपने अपने उम्मीदवार उतारने शुरू हो गए ने। कांग्रेस छड्ड के आए ਕੁ ਸਾਹਿਬ उन्हां नूं जिहड़ा आम आदमी पार्टी वल्लों भरोसे दे विच लैके टिकट दित्ती गई है। उस तों बाद संतोख चौधरी दे परिवार दे उपर कांग्रेस दे वल्लों भरोसा जिहड़ा दिखाया गया। जलंधर लोग सभा हल्के दे पिंड दादूवाल दे विच मौजूद हाँ। कुछ बजुर्ग ने कुछ सूझवान सज्जन ने गलबात इलैक्शनां दे बारे करांगे। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਬਾਈ? ਗੁਰਮੇਲ ਸਿੰਘ। ਫਿਰ ਐਕਤੀ ਕੀ ਕਹਿੰਦੀ ਆ ਸਿਆਸੀ ਹਵਾ ਜਲੰਧਰ ਦੀ? ਸਿਆਸੀ ਹਵਾ ਜੀ ਵੋਟਾਂ ਪਾਉਣੀਆਂ ਆ ਆਪੋ ਆਪਣਾ ਜਿਹਦਾ ਮਨ ਵਧੀਆ ਲੱਗੇ ਤਕਰੀਬਨ ਕੈਂਡੀਡੇਟ ਸਾਰੇ ਠੀਕ ਆ ਪਾਰਟੀਆਂ ਵੀ ਆਪੋ ਆਪਣੇ ਹਿਸਾਬ ਨਾਲ ਜਿੰਨਾ ਕੁ ਕੰਮ ਕੀਤਾ ਆਪਣੇ ਹਿਸਾਬ ਨਾਲ ਠੀਕ ਕੀਤਾ ਹੋਣ ਵਾਲੀ ਤੋਂ ਆਸ ਜ਼ਿਆਦਾ ਸੀ ਪਰ ਚਲੋ ਟਾਈਮ ਵੀ ਕੁਛ ਨਹੀਂ ਹੋਇਆ ਬੇ 86 ਦਾ ਹੁਣ ਦੇ ਇਹਨਾਂ ਦਾ ਪਤਾ ਨਹੀਂ ਲੱਗਦਾ ਬਈ ਕਿੱਧਰ ਜੁੜ ਜਾਣਾ ਕਿੱਧਰ ਨਹੀਂ ਜੁੜ ਜਾਣਾ ਤੇ ਆ ਜਿਹੜੇ ਆਪਣੇ MLA ਉਹ ਆਪਣੀ ਮਰਜ਼ੀ ਦੇਖਦੇ ਆ ਕਦੇ ਉਧਰੋਂ ਐ ਨੂੰ ਆ ਜਾਂਦੇ ਕਦੇ ਉਧਰੋਂ ਆ ਨੂੰ ਚੱਲ ਜਾਂਦੇ ਉਹ ਬਜ਼ੁਰਗਾਂ ਨਾਲ ਮੈਂ ਗੱਲ ਕਰਦਾ ਸੀ ਬਜ਼ੁਰਗ ਕਹਿੰਦੇ ਯਾਰ ਕੁਛ ਹੋਵੇ ਕਹਿੰਦੇ ਆਪਾਂ ਤਾਂ ਝਾੜੂ ਚੱਕ ਲਿਆ ਕਹਿੰਦੇ ਭਗਵੰਤ ਮਾਨ ਦੇ ਹੱਕ 'ਚ ਚੱਕ ਲਿਆ ਕਹਿੰਦੇ ਆਪਾਂ ਤਾਂ ਨਹੀਂ 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 ਭਗਵੰਤ ਮਾਨ ਵੀ ਗੱਲਾਂ ਵਾਲਾ ਹੀ ਆ ਚੁਟਕਲੇ ਵਾਲਾ ਹੀ ਆ ਤੇ ਉਹ ਗੱਲਾਂ ਕਰਕੇ ਤਾਂ ਚਾ ਲੋਕਾਂ ਨੂੰ ਸਮਝਾ ਦਿੰਦਾ ਤੇ ਪੂਰੀ ਕੀ ਕਹਿੰਦੇ ਹੁੰਦੇ ਦੁਨੀਆ ਤੇ ਉਹ ਉਤਰਦਾ ਨਹੀਂ ਹੈ। ਅੱਛਾ ਬਾਪੂ ਕੀ ਹੋਈ ਜਾਂਦਾ ਉਧਰ? ਬਾਈ ਜੀ ਹੁਣੀ ਬੈਠੇ ਨੇ ਕਹਿੰਦਾ ਯਾਰ ਕੀਤਾ ਕੁਛ ਨਹੀਂ ਬਾਪੂ ਕਹਿੰਦਾ ਯਾਰ ਕਹਿੰਦਾ ਹੋਰ ਕੀ ਕਰ ਦਵੇ ਦੱਸੋ ਤੁਸੀਂ ਕੀ ਕਹਿੰਦੇ ਹੋ? ਅਸੀਂ ਕੀ ਕਹਿੰਦੇ ਅਸੀਂ ਕਹਿੰਦੇ ਵੀ ਕੋਈ ਵੀ ਆ ਜਾਏ ਹੈ ਅਸੀਂ ਤਾਂ ਕੰਮ ਕਰਕੇ ਰੋਟੀ ਖਾਣੀ ਹੈ ਸਾਨੂੰ ਪਤਾ ਠੀਕ ਹੈ ਵੋਟਾਂ ਪਾ ਲਓ ਜਿਹਨੂੰ ਮਰਜ਼ੀ ਜਿਹੜੇ ਜਿੰਨਾ ਚਿਰ ਕਿਸਾਨਾਂ ਦਾ ਨਹੀਂ ਨਾ ਇਹ ਕਰਦੇ ਫੈਸਲਾ ਉਹਨਾਂ ਦੇ ਕਾਮਯਾਬ ਨਹੀਂ ਹੋਣਾ ਕੋਈ ਪਾਰਟੀ ਹੋਵੇ। ਬਾਪੂ ਇੱਕ ਸਵਾਲ ਕਰਨਾ ਹੈਨਾ ਨਵਜੋਤ ਸਿੱਧੂ ਬਾਹਰ ਆਏ ਨੇ ਹੁਣ ਕਾਂਗਰਸ ਦੇ ਪ੍ਰਧਾਨ ਨੇ ਕਾਂਗਰਸ ਥਾਪੀਆਂ ਮਾਰਦੀ ਫਿਰਦੀ ਕਹਿੰਦੇ ਆ ਗਿਆ ਸਾਡਾ ਸਾਬਕਾ ਪ੍ਰਧਾਨ ਕਹਿੰਦੇ ਦੇਖਿਓ ਹੁਣ ਸਿੱਧੂ ਨੇ ਪਤਾ ਕੀ ਗੱਲ ਹੈ ਸਿੱਧੂ ਦਾ ਬਸ ਇਦਾਂ ਰੌਲੀ ਪਾਈ ਗਿਆ ਆ ਉਹਨਾਂ ਦੀ ਆਪੋ ਵਿੱਚ ਹੀ ਨਹੀਂ ਬਣੀ ਆਹੋ ਰੌਲੀ ਪਾਈ ਗਿਆ ਉਹ ਹਾਲਾ ਲਾਲਾ ਕਰੀ ਗਿਆ ਐ ਕਰ ਦੂੰ ਮੈਂ ਉਹ ਕਰ ਦੂੰਗਾ ਇਦਾਂ ਕਰ ਦੂੰਗਾ ਉਦੋਂ ਕਰ ਦੂੰਗਾ ਕੈਪਟਨ ਵੀ ਭੱਜ ਗਿਆ ਇਹ ਅੰਦਰ ਚਲਾ ਗਿਆ ਉਹ ਇਦਾਂ ਹੀ ਰਹਿ ਰੂਗਾ ਇਹਨਾਂ ਦੇ ਕੰਮ ਕੋਮ ਬਸ ਹੁਣ ਛਾਪੀਆਂ ਮਾਰੀ ਜਾਂਦਾ ਦੇਖੋ ਫਰਕ ਪਊ ਕਾਂਗਰਸ ਨੂੰ ਫਿਰ ਕੋਈ ਮਜ਼ਬੂਤ ਹੋਊ ਕਾਂਗਰਸ ਸਿੱਧੂ ਸਾਹਿਬ ਦੇ ਬਾਹਰ ਆਏ ਤੇ ਦੇਖੋ ਵੋਟਾਂ ਤਾਂ ਪੈਣੀਆਂ ਹੀ ਆ ਆ ਪਾਰਟੀ ਨੂੰ ਵੀ ਪੈਣੀਆਂ ਆ ਵੋਟਾਂ ਕਾਂਗਰਸ ਨੂੰ ਵੀ ਪੈਣੀਆਂ ਆ ਵੋਟਾਂ ਗਾਲੀਆਂ ਨੂੰ ਵੀ ਪੈਣੀਆਂ ਆ ਪਤਾ ਨਹੀਂ ਨਤੀਜੇ ਵਾਲੇ ਦਿਨ ਲੱਗੂ ਹਾਂ ਆਮ ਆਦਮੀ ਪਾਰਟੀ ਨੇ ਵੀ ਕਿਹਾ ਹਨਾ ਵੀ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਵੀ ਅਸੀਂ ਦਵਾਂਗੇ ਅਸੀਂ ਸਾਰਾ ਕੁਝ ਪੂਰਾ ਕਰਾਂਗੇ ਫਿਰ ਉਹਨਾਂ ਨੂੰ ਉਹ ਦਿੰਦੇ ਪਤਾ ਕਿਦਾਂ ਉਹ ਜਲੰਧਰ ਰੰਗ ਦਾ 10% ਹੋਇਆ ਉਹਨਾਂ ਨੂੰ ਦੇਣਾ ਜਿਹੜਾ 15,000 ਉਹਨਾਂ ਨੂੰ ਦੇਣਾ ਜਿਨ੍ਹਾਂ ਦੇ ਬਿਲਕੁਲ ਖਾਤੇ ਜਿਹੇ ਨਹੀਂ ਹੋ ਜੋ ਇਸ ਕਰਕੇ ਉਹ ਕਹਿੰਦੇ ਹੈ ਨਾ ਜਿਹੜਾ ਬਿਲਕੁਲ 75% ਦਾ ਨੁਕਸਾਨ ਹੋਇਆ ਉਹਨੂੰ ਦੇਣਾ 15,000
ਠੀਕ ਹੈ ਨਾ। ਬਾਕੀਆਂ ਨੂੰ ਕੁਛ ਨਹੀਂ, ਬਾਕੀਆਂ ਨੂੰ ਕੀ ਦੇਣਾ, ਇੱਦਾਂ ਹੀ ਨਾ ਲਾਰੇ ਪੁੱਤੇ ਲਾ ਕੇ ਸਾਰੀਆਂ ਵੋਟਾਂ ਲੈ ਲੈਣੀਆਂ ਠੀਕ ਠਾਕ ਹੈ, ਪਰ ਵੋਟਾਂ ਪੈਣੀਆਂ ਨਹੀਂ, ਵੋਟਰ ਬਹੁਤ ਸਿਆਣਾ ਹੁਣ। ਫਿਰ ਕਿੱਧਰ ਵੋਟਰ ਕਿੱਧਰ ਕਰੂਗਾ ਫਿਰ ਇਕਤੀ? ਵੋਟਰ ਆਪਣੀ ਮਰਜ਼ੀ ਕਰੂ, ਆਪਣੀ ਮਰਜ਼ੀ ਕਰੂ। ਹਾਂ ਇੱਕ ਜ਼ਰੂਰ ਆ, ਇਹ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦੇਣ ਲਿਮਟਾਂ ਸਾਨੂੰ 3 ਲੱਖ ਮਾਫ਼ ਹੋਇਆ। ਪਰ ਤੋਂ ਬਾਅਦ ਬਈ ਹੌਂਕਾ ਜਿਹਾ ਲਿਆ ਇੱਕ, ਪਰ ਤੋਂ ਬਾਅਦ ਹੌਂਕਾ ਜਿਹਾ ਕਾਹਦਾ ਇਹ? ਨਹੀਂ ਮੈਂ ਉਹਦੇ ਟਾਈਮ ਦੀ ਗੱਲ ਕੀਤੀ, ਹੋਗਾ ਕੋਈ ਨੀ, ਮੈਂ ਪੱਕੇ ਤੌਰ ਤੇ ਜੁੜਿਆ ਇਸ ਪਾਰਟੀ ਨਾਲ ਸੀ। ਪਹਿਲਾਂ ਮੇਰੇ ਬਜ਼ੁਰਗ ਸੀ, ਪਹਿਲਾਂ ਅਸੀਂ ਕਾਂਗਰਸੀ ਰਹੇ ਹਾਂ। ਅੱਛਾ, ਕਾਂਗਰਸੀ ਪਰਿਵਾਰ? ਹਾਂ, ਪਹਿਲਾਂ ਕਾਂਗਰਸੀ ਸੀਗੇ, ਉਸ ਤੋਂ ਬਾਅਦ ਹੁਣ ਇਸ ਇਲੈਕਸ਼ਨ 'ਚ ਇਹਨਾਂ ਨਾਲ ਆਏ ਹਾਂ। ਠੀਕ ਆ, ਕਿਸੇ ਹੱਦ ਤੱਕ ਚੰਗੇ ਅੱਗੇ ਨਾਲੋਂ, ਪਰ ਥੋੜ੍ਹੀ ਜਿਹੀ ਇੱਕ ਗੱਲ ਜ਼ਰੂਰ ਹੈਗੀ ਆ, ਲੀਡਰਾਂ ਨਾਲੋਂ ਜਿਹੜੀ ਸਰਕਾਰ ਦੀ ਐਤਕੀ ਮਨਸ਼ਾ ਆ, ਲੀਡਰਾਂ ਦੀ ਉਹ ਕਰਨੀ ਆ, ਉਹਨਾਂ ਨੂੰ ਜਿਹੜਾ ਨਾਂ ਵਾਚਕ ਕਰ ਰਿਹਾ ਆ ਅਫਸਰਸ਼ਾਹੀ, ਅਫਸਰਸ਼ਾਹੀ ਇਸ ਵੇਲੇ ਲੱਗ ਰਿਹਾ ਆ ਵੀ ਜਿਹੜਾ ਉਹ ਸ਼ਾਸਨ ਉਹ 'ਤੇ ਭਾਰੂ ਆ, ਅਫਸਰਸ਼ਾਹੀ ਭਾਰੂ ਆ। ਉਹ ਤਾਂ ਕਹਿੰਦੇ ਯਾਰ, ਕਹਿੰਦੇ ਪੁਰਾਣੇ ਕਿਹੜਾ ਉਤਰੇ ਸੀ, ਕਹਿੰਦੇ ਪੁਰਾਣਿਆਂ ਨੇ ਕੀ ਕਰਤਾ ਸੀ ਭਗਵੰਤ ਮਾਨ ਸਾਹਿਬ ਦਾ, ਕਹਿੰਦੇ ਹੁਣ ਤੁਸੀਂ ਸਵਾਲ ਕਰੀ ਜਾਂਦੇ ਹੋ ਯਾਰ। ਭਗਵੰਤ ਮਾਨ ਨੇ 2 ਕੰਮ ਜ਼ਰੂਰ ਕੀਤੇ ਆ, ਇੱਕ ਤਾਂ ਬਿਜਲੀ ਦਾ ਕੀਤਾ, ਇੱਕ ਬਿੱਲਾਂ ਦਾ, ਅਤੇ ਇੱਕ ਪਾਣੀ ਦਾ ਕਰ ਦਿੱਤਾ ਇਹਨੇ, ਅਤੇ ਇਹ 2 ਕੰਮ ਇਹਨੇ ਵਧੀਆ ਕੀਤੇ ਆ। ਅਤੇ ਇਹ ਹੁਣ ਹਜੇ ਸਾਲ ਕੀ ਪੂਰਾ ਹੋਇਆ ਉਹਦਾ, ਸਾਲ ਦੇ ਵਿੱਚ ਗਾਂਧ ਗਾਂ ਤਜਰਬਾ ਉਹਨਾਂ ਦਾ ਹੋਈ ਜਾਣਾ, ਅਤੇ ਉਦੋਂ ਵੀ ਸ਼ਾਇਦ ਉਹ ਵਧੀਆ ਅਤੇ ਵਧੀਆ ਕੰਮ ਕਰਨਗੇ। ਬਾਪੂ ਦਾ ਕਹਿੰਦਾ ਬਾਈ 3 ਲੱਖ ਮਾਫ਼ ਹੋ ਗਿਆ, ਬਾਪੂ ਦਾ ਸੁਸਾਇਟੀ ਦਾ ਹੋ ਗਿਆ ਨਾ, ਜਿਹੜੀਆਂ ਆਂਧਰਾ ਬੈਂਕ ਆ, ਬੈਂਕਾਂ ਸਾਰੀਆਂ ਚੀਜ਼ ਤਾਂ ਉਹੀ ਆ, ਬੈਂਕਾਂ ਦਾ ਨਹੀਂ ਕੀਤਾ ਕਹਿੰਦੇ, ਇਹ ਬੈਂਕ ਹੀ ਆ, ਜਿਹੜਾ ਸਰਕਾਰ ਕਿਸਾਨਾਂ ਦੀ ਬੈਂਕ ਆ ਉਹਦੇ ਖਾਤੇ, ਅਸੀਂ ਤਾਂ ਕਹਿੰਦੇ ਕਹਿੰਦੇ ਕਿਸਾਨਾਂ ਦੀ ਬੈਂਕ ਦੇ ਕਰਤੇ, ਕਹਿੰਦੇ ਹੋਰ ਦੱਸੋ ਕੀ ਕਰ ਦੇਵੇ, ਕੁਛ ਵੀ ਲੈ ਲਾ, ਚੱਲ ਵੋਟਾਂ ਪਾ ਦਿੰਦੇ ਆ, ਇਹ ਤਾਂ ਫੇਰ ਭੱਜਣਾ ਜਬਾਨੋ, ਕਿੱਦਾਂ ਕਹਿਣ, ਕਹਿੰਦੇ ਕਿਵੇਂ, ਕਹਿੰਦੇ ਕਿਵੇਂ ਭੱਜ ਜਾਣਗੇ ਜਬਾਨੋ, ਲਗਭਗ ਸਭ ਤੋਂ ਪਹਿਲਾਂ ਹੀ ਨਹੀਂ ਹੱਲਾ ਬੋਲਿਆ ਆ ਪਟਵਾਰੀ ਵਰਗ 'ਤੇ, 1-2 ਪਟਵਾਰੀ ਚੱਕੇ ਸਾਰੇ ਇਕੱਠੇ ਹੋ ਗਏ, ਉਹ ਜਾਣੀ ਸਰਕਾਰ ਨਾਂ ਦੀ ਚੀਜ਼ ਦਿਸੀ ਨਹੀਂ ਉਹ 'ਚ, ਉਹਨਾਂ ਨੂੰ ਵਾਪਸ ਉਹਨਾਂ ਨੂੰ ਮੰਨਣਾ ਪਿਆ, ਉਦੋਂ ਬਾਅਦ ਤਹਿਸੀਲਦਾਰ ਚੱਕਿਆ ਆ ਉਹਦੇ ਕਰਕੇ ਵੀ ਮੰਨਣਾ ਪਿਆ, ਇਸ ਕਰਕੇ ਥੋੜ੍ਹਾ ਜਿਹਾ ਇਸ ਗੱਲ ਦਾ ਗਰਾਵਟ ਹੈਗੀ ਆ। ਅਫਸਰਸ਼ਾਹੀ ਦੇ ਮੂੰਹ ਪਹਿਲਾਂ ਤੋਂ ਖੂਨ ਲੱਗਾ ਆ, ਪਹਿਲੀਆਂ ਸਰਕਾਰਾਂ ਰਲ ਕੇ ਚਲਾਉਂਦੀਆਂ ਰਹੀਆਂ ਆ, ਹੁਣ ਉਹੀ ਉਹ ਚਾਹੁੰਦੇ ਆ, ਇਹ ਕੁਛ ਰੋਕਣ ਦੀ ਹੱਦ ਉਹ ਕਰ ਰਹੇ ਆ, ਪਰ ਨਾ ਦੇ ਬਰਾਬਰ ਆ। ਬਾਪੂ ਜੀ ਹੁਣੀ, ਬਾਪੂ ਜੀ ਹੁਣੀ ਲਿਖ ਕੇ ਮੰਗਦੇ ਨੇ, ਕਹਿੰਦੇ ਲਿਖ ਕੇ ਦਿੰਦੇ ਹੋ, ਲਿਖ ਕੇ ਕੀ ਪੈਸੇ ਦੇ ਦਿੱਤੇ ਆ ਬਾਪੂ, ਲਿਖ ਲੈਂਦਾ ਨਾ ਤਾਂ ਕਰਕੇ ਬਾਪੂ ਦੇ ਮਾਫ਼ ਹੋ ਗਏ ਨਾ, ਕਰਜ਼ਾ ਸੀ ਚੁੱਕਿਆ ਸੀ ਸਾਨੂੰ ਵੀ ਮਾਫ਼ ਕਰ ਲਏ, ਤੈਨੂੰ ਕਿੱਥੋਂ ਮਿਲਣਾ ਸੀ ਜਾਂ ਕਰਜ਼ਾ ਨਹੀਂ ਚੁੱਕਦਾ। ਅੱਛਾ ਬਾਪੂ, ਭਗਵੰਤ ਮਾਨ ਉਹਨਾਂ ਨੇ, ਹਨਾ ਕਿਹਾ ਸੀ ਨਸ਼ਾ ਬੰਦ ਕਰਾਂਗੇ, ਫਿਰ ਤੁਹਾਡੇ ਇਲਾਕੇ 'ਚ ਨਸ਼ਾ ਜਿਹੜਾ ਕੋਈ ਕੰਟਰੋਲ 'ਚ ਆਇਆ ਪਹਿਲੀਆਂ ਸਰਕਾਰਾਂ ਨਾਲੋਂ ਕੁਛ ਫਰਕ ਪਿਆ? ਥੋੜ੍ਹੇ ਘੱਟ ਆ, ਜਿਹੜਾ ਨਸ਼ਾ ਨਾ, ਹਾਂਜੀ ਨਸ਼ਾ ਤਾਂ ਬਹੁਤ ਆ ਚੱਲਦਾ, ਉਹ ਦੂਣਾ ਸੋ ਕੇ ਨੂੰ ਵੀ ਹੁਣ ਜਿਹੜੇ ਵੱਡ ਪਟਾਂਗਾ ਹੁੰਦਾ, ਇਹ ਵੀ ਭਗਵੰਤ ਮਾਨ ਸਰਕਾਰ ਆਈ ਤੇ ਉਹਦਾ ਪਹਿਲਾਂ ਨਹੀਂ ਹੋਇਆ ਇੰਨਾ ਜਿੰਨਾ ਦੋਵੇਂ ਸਰਕਾਰਾਂ ਆਈਆਂ, ਕਹਿੰਦੇ ਵੱਡ ਪਟਾਂਗਾ ਭਗਵੰਤ ਮਾਨ ਕਰਕੇ ਹੁੰਦਾ, ਦੱਸੋ ਹੁਣ। ਚਲੋ ਇਹਨਾਂ ਨੂੰ ਪਤਾ ਹੋ ਹੁਣ ਬਾਈ, ਤੁਸੀਂ ਹਨਾ ਗੱਲ ਕਹੀ ਕਿ ਪਹਿਲੀਆਂ ਸਰਕਾਰਾਂ ਰਲ ਕੇ ਚਲਾਉਂਦੀਆਂ ਰਹੀਆਂ ਨੇ ਹਨਾ, ਪਰ ਜਦੋਂ ਪਹਿਲੀਆਂ ਸਰਕਾਰਾਂ ਦੇ ਵਿਧਾਇਕਾਂ ਨਾਲ ਜਾਂ ਉਹਨਾਂ ਦੇ ਲੀਡਰਾਂ ਨਾਲ ਗੱਲ ਕਰਦੇ ਆ, ਕਹਿੰਦੇ ਯਾਰ ਜਾਤਾਂ, ਕਹਿੰਦੇ ਬੜੀਆਂ ਬੜੀਆਂ ਥਾਪੀਆਂ ਮਾਰਦੇ ਸੀ, ਜਾਤਾਂ ਕਹਿੰਦੇ ਸੀ ਅਸੀਂ 5 ਮਿੰਟ 'ਚ, ਅਨਮੋਲ ਗਗਨਮਾਨ ਜੀ ਕਹਿੰਦੇ ਸੀ ਵੀ ਹਨਾ ਵੀ ਅਸੀਂ 5 ਮਿੰਟ 'ਚ ਕਿਸਾਨਾਂ ਨੂੰ MSP ਦੇ ਦਾਂਗੇ, ਜਾਂ ਕਹਿੰਦੇ ਸੀ ਕਾਨੂੰਨ ਵਿਵਸਥਾ ਠੀਕ ਕਰ ਦਾਂਗੇ, ਭਗਵੰਤ ਮਾਨ ਸਾਹਿਬ ਕਹਿੰਦੇ ਸੀ ਜੇ ਖਜ਼ਾਨਾ ਖਾਲੀ ਆ ਤਾਂ ਇਹਨੂੰ ਪੀਪਾ ਕਹੋ, ਕਹਿੰਦੇ ਹੁਣ ਆਪਣੀ ਵਾਰ ਕੀ ਹੋ ਗਿਆ ਯਾਰ, ਕਹਿੰਦੇ ਹੁਣ ਤੁਸੀਂ ਕਹਿੰਦੇ ਫਿਰ ਪੁਰਾਣਿਆਂ ਨੂੰ ਕਹਿੰਦੇ ਰੋਈ ਜਾਂਦੇ ਹੋ, ਤੁਸੀਂ ਪੁਰਾਣੇ ਦੀਆਂ ਗੱਲਾਂ ਕਰੀ ਜਾਂਦੇ ਹੋ। ਉਹ ਮਾਰਨੀਆਂ ਫੜਾਂ, ਦੇਖੋ ਜਿਹੜਾ ਸੌਦਾ ਬਾਜ਼ਾਰ ਦੇ ਵਿੱਚ ਵਿਕਦਾ, ਮੈਂ ਤਾਂ ਸਪਸ਼ਟ ਅੱਖਰਾਂ 'ਚ ਕਹੂੰਗਾ, ਲਗਭਗ ਹਰੇਕ ਦੁਕਾਨਦਾਰ ਉਹ ਵੇਚਦਾ, ਕਿਉਂਕਿ ਸਾਡੇ ਲੋਕਾਂ ਦੀ ਜਿਹੜੀ ਮਾਨਸਿਕਤਾ ਸੋਚ ਉਹ ਇੱਥੇ ਤੱਕ ਡਿਪੈਂਡ ਕਰ ਗਈ ਵੀ ਨਹੀਂ ਝੂਠੇ ਹੀ ਖਰੀਦਣਾ, ਗੱਪਾਂ ਲਾਰਿਆਂ 'ਚ ਜਾਣਾ, ਇਹ ਪੱਕੀ ਗੱਲ ਆ। ਸੋ ਇਹ 'ਚ ਕੋਈ ਦੋਰਾ ਨਹੀਂ, ਮੈਨੂੰ ਵੀ ਪਤਾ, ਮੈਂ ਵੀ ਸੁਸਾਇਟੀ ਦਾ ਪ੍ਰਧਾਨ ਵੀ ਹਾਂ, ਇੱਥੇ ਇਲੈਕਸ਼ਨ ਦੇ ਵਿੱਚ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ, ਲੋਕਾਂ ਦਾ ਮੈਂ ਲੀਡਰਾਂ ਨਾਲੋਂ ਜ਼ਿਆਦਾ ਕਸੂਰ ਮੰਨਦਾ, ਜਿਹੜੀ ਇਹ ਗੱਲ ਕਹਿੰਦੇ ਪਿਛਲੇ ਵਾਲੇ ਆ ਹੁਣ ਵਾਲੇ ਆ, ਚਲੋ ਪਾਰਟੀਆਂ ਦੀਆਂ ਕਈ ਮਜਬੂਰੀਆਂ ਵੀ ਹੁੰਦੀਆਂ ਵੀ ਬੰਦਾ ਲੈਣਾ, ਵੈਸੇ ਮੈਂ ਇਹ ਜ਼ਰੂਰ ਚਾਹੁੰਦਾ ਵੀ ਇਮਾਨਦਾਰ ਬੰਦਾ ਜ਼ਰੂਰ ਲਿਆ ਜਾਵੇ, ਕਿਉਂਕਿ ਆਸ ਆ ਲੋਕਾਂ ਨੂੰ ਵੀ ਆਮ ਆਦਮੀ ਪਾਰਟੀ ਆ, ਆਮ ਆਦਮੀ ਦੀ ਹੋਣੀ ਚਾਹੀਦੀ ਆ।
ना के खास चक चक के ले जाओ। मैं उस गल के बिल्कुल खिलाफ हाँ हैगा अज भी तुम मनो इन्हों के नाल ये नहीं कोई गल हैगी क्योंकि हरेक बंदा इस गल तो त्रासद हैगा। जो ती मर्जी कर लो थाने कचहरी कोई आम बंद की कोई सुनी नहीं जा रही हले भी नहीं जा रही। मैं तुम्हें दस दा अगे नालों जे आप कही तो 5-7 पैसे फर्क पिया। मैं नहीं कहता भी 80 पैसे पै गया जी 20 पैसे पै गया 5-7% मसा फर्क आ। वह भी पहले 13-14 दिन 15 दिन तो अफसर इदा डर गया भी वाकई भी सानू भी लगा सी भी सरकार आ गई आ। उदू बाद पटवारी वाला मैं इशू जो दसिया उदू बाद पटवारी इन्हों पर भारू हो गया हूँ यदा तोड़ की लजदा ये तो हूँ ज अला जाने ज सरकार के मुखी जानन आप बारे वाला नहीं जिदा भी क्योंकि बड़े लैवल दल आ। तो फिर एकती कड़ी पार्टी जित रही है झाड़ू की जितू क्योंकि सरकार उन्होंने ज फिर संतोख चौधरी का परिवार भी फिर उन्होंने धर्म पत्नी भी जोड़े ने हूँ मैदान च ने। हाँ जी उन्होंने जी संतोख चौधरी धर्म पत्नी है तो वह मोहरे आ सकती है क्यों जोड़ा झाड़ू वाला लोगों का जोर भी लग चुका तो मन भी पूरा हो गया तो होर भी जोड़े काम जोर पै जाना कहना भी आदमी मरिया बेचारी बाकी दूजा अस कहने बे इन्हों ने किया कख नहीं कांग्रेस ने 70-75 थाना च है चिट्टा चुट्टा बहुत बढ़ गया मुंडे मरी जाते बाकी वोट तो आपो अपनी बिल्कुल घर आली कदे पाउंदी आ बंदा कदे पाउंदा मुंडा कदे पाउंदा हुण घर च भी आयो आ बापू मैं साजे घर था मैं ओदा मैं गल करदा आ आ गल हो गई आ ऐसा जिसे पौने कट्ठे पौने पर गल ये हो गई आ। फिर एकदी जे बेबे ने कहा मैं नहीं झाड़ू नु पाउंदी मैं तां कितै होर पाऊं तां पा दे जिथे पौनी ओने ओ लड़ाई थोड़ा करनी है। जदों हना मुख्यमंत्री पंजाब हले मैंबर पार्लीमेंट सी हले मुख्यमंत्री नहीं सी बने ओ कहंदे सी उन्हां दे अक्सर भाषण कहंदे सी के आम आदमी पार्टी इक चाह बेचण वाले नूं टिकट दिंदी आम आदमी पार्टी रिक्शे चलाउण वाले नूं टिकट दिंदी आ। हां जी पर पता लगदा कहंदे कांग्रेस चो इक दिन पहलां कैंडीडेट लिया के टिंकू साहब नूं भी आम आदमी पार्टी टिकट दिंदी आ। देखो ये जिहड़ियां पॉलिसियां आ तकरीबन साढ़े देश नूं मैं तुहानूं सीधी गल दसां जिन्ना च RSS चला रही आ। दूसरी गल आ भी तकड़े दिया सत्ती भी ही सौ ये पहला तो चलती आनी आ चलती रहनी आ। तीजी गल एक सियाण की कही आ भाई बदलाव कितने अजे अही चलती रहनी आ बदलाव तो ना दा आ सिर्फ ये तो वह पहला ही गल आ भाई जिहदी लाठी आ बजनी आ ये पक्की गल आ इस कोई दो राय नहीं तुसी जिहड़ा मर्जी लियो साढ़े बहुता मुल्क मैं वैसे किसी के जाति तौर पर विरोधी हूँ भी है नहीं गा ना मैं कांग्रेस के ना अकालिया दे ठीक है। मैं एक गल कहना हुन्ना जी जिहड़ा पहला राज सी प्रकाश सिंह बादल दा उहदे नाल दा अज तक पंजाब नूं मुख्यमंत्री नहीं मिलिया पहले राज वाला तो सब तो माड़ा मुख्यमंत्री भी उही प्रकाश सिंह बादल साहब तो आखिरी राज सच्चाई आ ये क्योंकि जदों वो व्यापारी हो गया जदों चलांत हो गई प्रधान है गुरद्वारे का अच्छा। गुरद्वारे वाले तुम पता ही आ गुरद्वारे जिदा बादल होनी मार दे गप्पा गुरद्वारे का तुम पता ही देख लो प्रधान है देखो जी प्रधान भी रही है नशे का कुछ ठल पई और नशे की थोड़ी थोड़ी ठल पई है ज्यादा नहीं पई जिन्नी की कहते होंगे अपने 100 चो 60% हाँ 60% पई है उदू बाद नहीं पई है। बाकी तुसी जिहड़े ओ कर्जे बारे गल्ला करते सी ओ कर्जा जिहड़ा जिमीदारां दा ओह तां उदू पहला भी अकाली सरकार ने कर दिता जिमीदारा 2 लाख तक ते हुण थोड़ा की दुख आ हुण तुसी मैनूं इह दस्सो हुण कैप्टन वाला पता कैप्टन वाला कीता बगैर खेतीबाड़ी वालों का 31-17 सारे का होया 31-17 कीता ते लोकी सानूं कई कहिंदे भी साडा कर्जा का तो माफ़ नहीं होया 31-17 विच बैलेंस है ना जी बाई कहिंदा कहना भी एक बड़े घराने वाले दे रहे ने फिर यही बदलाव वास्ते लोगों ने उम्मीद दिखाई थी उम्मीद आई सी फिर उम्मीद की शुक्र करो उन्हें चलाती मेहनत चल जटा की कमादी चुक हो गई
ਨਾਮ ਚੱਲਦੀ ਤਾਂ ਕਮਾਦੀ ਵੀ ਪਈ ਰਹੇ ਨੀ ਸੀ। ਨਹੀਂ ਫਿਰ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੁੰਦੀ ਹੈ ਨਾ ਬਾਪੂ ਜੀ। ਫਿਰ ਸਰਕਾਰ ਦੀ ਤਾਂ ਬਹੁਤ ਆ, ਸਰਕਾਰ ਡੀਸੀ ਦੀ ਹੁੰਦੀ ਆ, ਡੀਸੀ ਜ਼ਿਲ੍ਹੇ ਦਾ ਮਾਲਕ ਹੁੰਦਾ, ਇਹ ਤਿੰਨਾਂ ਤਿੰਨਾਂ ਸਾਲਾਂ ਦੇ ਪੈਸੇ ਰਹਿੰਦੇ ਜੱਟਾਂ ਦੇ। ਅੱਛਾ ਬਾਪੂ, ਬਾਈ ਕਹਿੰਦਾ, ਬਾਈ ਨੇ ਹੈ ਨਾ ਇੱਕ ਗੱਲ ਕਹੀ, ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਰਾਜ ਸੀ ਜਿਹੜਾ ਉਹ ਵਧੀਆ ਸੀ, ਹੈ ਨਾ, ਤੇ ਐਂਡ ਵਾਲਾ ਸਭ ਤੋਂ ਖਰਾਬ ਸੀ। ਫਿਰ ਤੁਸੀਂ ਹੁਣ ਫਿਰ ਐਗਤੀ, ਫਿਰ ਬਾਬੇ ਨਾਨਕ ਦੀ ਤੱਕੜੀ ਦੇਖਦੀ ਹੈ ਕਿ ਕੀ ਦੇਖਦਾ? ਨਹੀਂ ਤੱਕੜੀ ਨੇ ਤੱਕੜੀ ਅਸੀਂ ਚੱਦੀ ਛੱਡੀ, ਪਹਿਲਾਂ ਹੁੰਦੇ ਸੀ। ਆਹੋ ਪਹਿਲਾਂ ਤਾਂ ਰਹੇ ਹਾਂ ਤੱਕੜੀ ਆ ਜਾਂਦੇ। ਫਿਰ ਐਗਤੀ ਕੀ ਇਰਾਦੇ ਨੇ? ਐਗਤੀ ਇਰਾਦੇ ਕੀ ਆ, ਸਾਰੇ ਇੱਦਾਂ ਦੇ ਹੀ ਆ। ਅਸੀਂ ਹੁਣ ਐਨੀ ਕਹੀਏ ਭਗਵੰਤ ਮਾਨ ਨੂੰ ਵੋਟਾਂ ਪਾ ਲੈਣੀ। ਜਦੋਂ ਪਹਿਲਾਂ ਬੰਦਾ, ਮੈਂ ਇੱਕ ਗੱਲ ਕਹਿੰਦਾ ਹੁੰਦਾ ਹਾਂ, ਜਿਹੜੇ NRI ਵੀਰ ਆ, ਜਦੋਂ ਅਸੀਂ ਖੇਤੀ ਕਰਦੇ ਗਏ, ਅਸੀਂ ਉੱਥੇ ਪੈਸੇ ਕਮਾਏ, ਜੱਟਾਂ ਵਾਲੀ ਭਾਸ਼ਾ ਦੇ ਵਿੱਚ ਖੇਤੀ ਖਰੀਦੇ, ਜਦੋਂ ਸਾਡੇ ਵਾਲੇ ਨਿਆਣੇ ਉੱਥੇ ਵਾਲੇ ਹੋ ਗਏ, ਉਹਨੇ ਸਾਡੀ ਉਹੀ ਜਾਇਦਾਦ ਜੱਦੀ ਵੀ ਭੇਜਤੀ, ਇਹੀ ਹਾਲ ਹੀ ਨਾ ਹੋਇਆ। ਚਲੋ ਮੈਂ ਇਹ ਵੀ ਗੱਲ ਤੁਹਾਡੇ ਚੈਨਲ 'ਤੇ, ਮੈਨੂੰ ਕੀ ਸ਼ੱਕ ਹੈ ਸ਼ੁਰੂ ਆ ਇਸ ਗੱਲ ਦਾ, ਛੇਤੀ ਮੰਨਦਾ ਵੀ ਉਹਨੇ 15-20 ਸਾਲ ਲਾਏ ਸੀ ਵਧਣ ਲੱਗਿਆਂ ਨੇ, ਇਹ ਨਹੀਂ ਉਹ ਮੇਰਾ ਖਿਆਲ ਆ ਵੀ 15 ਮਹੀਨੇ ਲਾਏ ਆ। ਫਿਰ ਬਾਈ ਤੁਸੀਂ ਫਿਰ ਵੀ ਸਮਰਥਕ ਹੋ, ਨਾਲੇ ਕਹਿੰਦੇ ਹੋ ਕਿ ਹਾਂ ਬਦਲ ਗਿਆ, ਫਿਰ ਵੀ ਸਮਰਥਕ ਹੋ? ਦੇਖੋ ਜੀ ਹੁਣ ਕਿਆ ਕਹੀਏ, ਕੀ ਇਹਦੇ ਬਦਲੇ ਕਿਹਨੂੰ ਪਾਈਏ, ਦੱਸੋ ਖੜਾ ਕਿਹੜਾ ਕਰੀਏ। ਸਭ ਤੋਂ ਬੜੀ ਕਸੂਰਵਾਰ ਮੈਂ ਮੰਨਦਾ ਜਨਤਾ, ਕਿੱਦਾਂ ਆ ਮੈਂ ਇੱਥੇ ਦਾ ਰਿਐਲਿਟੀ ਹਾਂ। ਸਾਡੇ ਪਿੰਡ ਦੇ ਵਿੱਚ ਘੱਟੋ ਘੱਟ ਨਹੀਂ 2-2.5 ਲੱਖ ਦੀ, ਮੈਂ ਮੂੰਹ 'ਤੇ ਕਹਿੰਦਾ, ਸਾਰਿਆਂ 'ਤੇ ਕਹਿੰਦਾ, ਮੈਂ ਕਿਸੇ ਤੋਂ ਜਾਗਦਾ ਨਹੀਂ, 2-2.5 ਲੱਖ ਦਾ ਸਾਡੇ ਘੱਟੋ ਘੱਟ ਖਰਚਾ ਜਦੋਂ ਸਰਪੰਚੀ ਲੜੀ ਦੀ 20-20 ਲੱਖ 'ਚ ਜਾਂਦੀ। ਮੰਨ ਪਾਉਂਗੇ? ਹਾਂ, ਪਰ ਮੈਂ ਪਿਛਲੇ ਪਿੰਡਾਂ 'ਚ ਹੈ ਨਾ ਤੁਹਾਡੇ ਜਾ ਕੇ ਆਇਆ, ਉਹ ਤਾਂ ਕਹਿੰਦੇ ਯਾਰ, ਕਹਿੰਦੇ ਕਰਦੇ ਕੁਛ ਨਹੀਂ, ਕਹਿੰਦੇ ਨਾਉਂ ਦਾ, ਕਹਿੰਦੇ ਹਾਂ ਬਦਲਾਵ ਆਪਣੇ ਆਪਣੇ ਵਾਸਤੇ ਉਹਨਾਂ ਦਾ ਆਇਆ, ਕਹਿੰਦੇ ਬੀਜੇਪੀ ਮਾਫ ਲੋਕਾਂ ਦੀ ਕੀਤੀ, ਹੈ 600 ਯੂਨਿਟ ਮਾਫ ਕੀਤਾ ਸਾਰਿਆਂ ਦਾ, ਜੱਟਾਂ ਦਾ ਵੀ ਕੀਤਾ, ਅੱਗੇ ਜਿਹੜੀਆਂ ਸਰਕਾਰਾਂ ਸੀਗੀਆਂ ਦਾ ਮਾਫ ਕਰਦੀਆਂ ਸੀ, ਹੁਣ ਸਾਡਾ ਵੀ 600 ਮਾਫ ਆ, ਅਸੀਂ ਚੰਗਾ ਨਾ ਉਹਨੂੰ ਕਰਾਂਗੇ। ਪਰ ਉਹ ਤਾਂ ਕਹਿੰਦੇ ਵੀ ਨੌਜਵਾਨਾਂ ਨੂੰ ਬਿਨਾਂ ਮਤਲਬ ਤੋਂ ਫੜੀ ਜਾਂਦਾ, ਕਹਿੰਦੇ ਚੱਕ ਚੱਕ ਪਰਚੇ ਦੇਈ ਜਾਂਦਾ ਭਗਵੰਤ ਮਾਨ ਤੋਂ। ਉਹ ਤਾਂ ਜਿਹੜਾ ਹੋਇਆ ਉਹ ਮੰਨ ਲਓ ਆਪਣੀ ਸੈਂਟਰ ਦੀ ਸਰਕਾਰ ਤਾਂ ਇਹਨਾਂ ਦਾ ਆਪਸੀ ਸੀ, ਘਾਲੇ ਮਾਲੇ ਨਾ ਹੋਇਆ, ਤਾਂ ਮੰਨ ਲਓ ਉਹ ਬੰਦਾ ਹੀ ਇਹਨਾਂ ਦਾ ਸੀ ਅੰਮ੍ਰਿਤਪਾਲ, ਹਾਂ ਸਰਕਾਰ ਦਾ ਸੀ ਸੈਂਟਰ ਦੀ, ਸੈਂਟਰ ਦਾ ਵੀ ਉਹ ਸੀਗਾ, ਸਿੱਖਾਂ ਦਾ ਤਾਂ ਹਿੰਦੂਆਂ ਦਾ ਪਾੜਾ ਪਾਉਣ, ਸਮਝ ਗਿਆ ਵੀ ਸਿੱਖ ਕਹਿਣ ਵੀ ਅਸੀਂ ਹਿੰਦੂ ਨਹੀਂ ਛੱਡਣੇ, ਤਾਂ ਹਿੰਦੂ ਕਹਿਣ ਅਸੀਂ ਸਿੱਖ ਨਹੀਂ ਛੱਡਣੇ। ਖਰਚਾ ਕਿਹੜੀ ਚੀਜ਼ 'ਤੇ ਆਉਂਦਾ ਬਾਈ? ਫਿਰ ਇਹ ਤਾਂ ਛੱਕ 'ਚ ਛੁਰਾ ਕੀ ਆ, ਅਗਲੇ ਕਹਿੰਦੇ ਸਾਡੇ ਬਿੱਲ ਵੀ ਤਾਰੋ, ਬਿਜਲੀ ਦੇ ਬਿੱਲ ਵੀ ਤਾਰੋ, ਸਾਡੀਆਂ ਕਿਸ਼ਤਾਂ ਵੀ ਤਾਰੋ, ਇਹ ਸਾਨੂੰ ਪਤਾ, ਅਸੀਂ ਇੱਥੇ ਹੈਂਡਲ ਕਰਦੇ ਹਾਂ, ਪੱਕਾ ਬਹਿ ਕੇ ਕਰਦੇ ਹਾਂ, ਇਹ 'ਚ ਕੋਈ ਗੱਲ ਛੱਕ ਛੁਰਾ ਦੀ ਹੈ ਹੀ ਨਹੀਂ, ਐਡੇ ਐਡੇ ਢੇਰ ਲੱਗ ਜਾਂਦੇ ਜੀ ਬਿੱਲਾਂ ਦੇ, ਮੋਹਰੇ ਫੜਾਏ ਆਉਂਦੇ ਨੇ ਘਰੇ ਜਾ ਕੇ। ਮੈਂ ਕਿਹਾ ਜੀ ਉਹਨਾਂ ਲੋਕ ਉਹੀ ਲੋਕ, ਮੈਂ ਇੱਕ ਗੱਲ ਕਹਿੰਦਾ ਹੁੰਦਾ ਜੀ, ਸਰਕਾਰ ਨਾਂ ਦੀ ਚੀਜ਼ ਕੀ ਆ, ਸਭ ਤੋਂ ਜ਼ਿਆਦਾ ਤ੍ਰਾਸ ਤਾਂ 71 ਦਾ ਵਾ, ਇਹ 'ਚ ਜਿਹੜੇ ਸਭ ਤੋਂ ਲੋਅਰ ਕਲਾਸ ਆ ਉਹੀ ਤ੍ਰਾਸ ਆ। ਜਿੱਦਣ ਉਹ ਸਰਕਾਰੀ ਹੋਏ ਮਨਰੇਗਾ ਦੇ ਤਹਿਤ, ਜਿੱਦਣ ਬੀਬੀਆਂ ਸਰਕਾਰੀ ਹੋਈਆਂ ਮਨਰੇਗਾ ਦੇ ਤਹਿਤ, ਕੰਮ ਉਹਨੇ ਵੀ ਨਹੀਂ ਕੀਤਾ ਜੀ। ਇਹ ਸਰਕਾਰ ਨਾਂ ਦੀ ਚੀਜ਼ ਐਡੀ ਮਾੜੀ ਆ, ਕਿੱਥੋਂ ਆਸ ਲਾਉਂਦੇ ਤੁਸੀਂ? ਅਸੀਂ ਮੰਤਰੀਆਂ ਨੂੰ ਝੱਟ ਕਹਿ ਦਿੰਦੇ ਹਾਂ, ਸੰਤਰੀਆਂ ਨੂੰ ਝੱਟ ਕਹਿ ਦਿੰਦੇ ਹਾਂ, ਮਨਰੇਗਾ ਦੀ ਇੱਕ ਇੱਦਾਂ ਦੀ ਉਦਾਹਰਣ ਆ ਵੀ ਉਹ ਬੁੜੀ ਉਹ ਬੰਦਾ ਮਨਰੇਗਾ 'ਤੇ ਰੱਖਿਆ ਜਾਂਦਾ। ਹਾਂ ਇਹ ਗੱਲ ਵੀ ਮੈਂ ਮੰਨਦਾ ਵੀ ਉਹਨੂੰ ਕੰਮ ਕਰਾਉਣਾ ਕੰਮ ਆ ਜਿਹੜਾ ਬਿਊਰੋਕਰੇਟ ਦਾ ਕੰਮ ਆ, ਪ੍ਰਸ਼ਾਸਨ ਦਾ ਅਤੇ ਸ਼ਾਸਨ ਦਾ ਕੰਮ ਆ, ਉਹ ਨਹੀਂ ਖਰੇ ਉੱਤਰਦੇ, ਸਭ ਨੂੰ ਆਪੋ ਆਪਣੀਆਂ ਝੋਲੀਆਂ ਪਈਆਂ ਆ। ਮੈਂ ਇੱਕ ਵੱਖਰੀ ਐਗਜ਼ਾਮਪਲ ਦਿੰਦਾ ਹੁੰਦਾ ਜੀ, ਇੱਥੇ ਬੈਠਾ ਸਾਡੇ ਲਾਗੇ ਇੱਕ ਚੱਲਦਾ ਅਦਾਰਾ ਫਗਵਾੜਾ ਸ਼ੂਗਰ ਮਿੱਲ, ਮਾਲਕ ਕਹਿੰਦੇ ਵੀ ਅਸੀਂ ਨਹੀਂ ਚਲਾਉਣ ਦੇ ਸਮਰਥ ਨਹੀਂ ਗੇ, ਜਿਹੜੀ ਇਹੀ ਸਰਕਾਰ, ਮੈਂ ਵਿਰੋਧ 'ਚ ਨਹੀਂ ਕੋਈ ਗੱਲ ਕਹਿੰਦਾ ਜਾਂ ਹੱਕ 'ਚ ਨਹੀਂ ਕਹਿੰਦਾ, ਜਿਹੜੀ ਕਰਨ ਵਾਲੀ ਮੈਂ ਕਹਿੰਦਾ ਠੋਕ ਕੇ ਕਹਿੰਦਾ ਇਹ ਗੱਲ ਨੂੰ ਵੀ ਜਿਹੜੀ ਉਹ ਅਦਾਰਾ ਚੱਲਦਾ ਸੀ ਸਾਡਾ, ਉਹਨੂੰ ਸਰਕਾਰ ਨੂੰ ਆਪਣੇ ਲੈਵਲ 'ਤੇ ਨਹੀਂ ਚਲਾ ਹੋਇਆ, ਇੱਕ ਜਿਹੜਾ ਪੂੰਜੀਪਤੀ ਆ ਉਹਦੇ ਤਾਲੇ ਕਰਕੇ ਚਲਾਉਣਾ ਪਿਆ, ਕਿ ਸਰਕਾਰ ਤੋਂ ਇੱਕ ਸਾਡੀ ਸ਼ੂਗਰ ਮਿੱਲ ਚਲਾਉਣ ਜੋਗੇ ਵੀ ਵੈਸੇ ਨਹੀਂ, ਫਗਵਾੜੇ ਦੀ ਕਮਾਈ ਵਾਲਾ ਧੰਦਾ। ਪਰ ਜਿਹੜੇ ਬਾਪੂ ਹੈ ਨਾ ਉਹਨਾਂ ਨੇ ਉਹਦੇ ਵੱਲੋਂ ਖਾਲਸਾ ਵਹੀਰ ਜਿਹੜੀ ਚਲਾਈ ਗਈ ਸੀ ਅੰਮ੍ਰਿਤਪਾਲ ਸਿੰਘ ਵੱਲੋਂ, ਉੱਥੇ ਅਸੀਂ ਵੀ ਦੇਖਿਆ ਕਿ ਉਹਨਾਂ ਉਹਨੂੰ ਮਾਵਾਂ ਆ ਕੇ ਕਹਿੰਦੀਆਂ ਸੀ ਕਿ ਮੇਰੇ ਪੁੱਤ ਦਾ ਚਿੱਟਾ ਛਡਾ ਦਿਓ, ਲੋਕ ਕਹਿੰਦੇ ਜੀ ਉਹ ਤਾਂ ਚਿੱਟਾ ਛਡਾਉਂਦਾ ਸੀ, ਕਹਿੰਦੇ ਗੁਰੂ ਦੇ ਲੜ ਲਾਉਂਦਾ ਸੀ, ਤੁਸੀਂ ਕਹਿੰਦੇ ਹੋ ਕਿ ਸਰਕਾਰਾਂ ਦਾ ਹੀ ਬੰਦਾ ਸੀ, ਛਡਾਉਂਦਾ ਤਾਂ ਸੀਗਾ ਚਿੱਟਾ ਚਿੱਪਟਾ, ਇੱਦਾਂ ਤਾਂ ਸੁਣਿਆ ਸੀ ਕਿਹੜਾ ਦੇਖਿਆ। ਹਾਂਜੀ ਹਾਂਜੀ, ਪਰ ਅਸੀਂ ਜਿਹੜਾ 1-2 ਕੰਮ ਉਹਨੇ ਅਜੇ ਨਾਲੇ ਵਾਲਾ ਜਿਹੜਾ ਕੀਤਾ ਗਲਤ ਕਰ, ਉਹ ਗਲਤ ਕਰਤਾ, ਬਾਕੀ ਤਾਂ ਠੀਕ ਹੈ। ਇੱਥੇ ਮੈਂ ਇੱਕ ਤਾਂ ਸਾਡੇ ਮਹਾਰਾਜ ਦੀ ਬੀੜ ਉੱਥੇ ਸਾਨੂੰ ਲੈ ਗਏ, ਦੂਜਾ ਫਿਰ ਉੱਦਾਂ ਦੀ ਪੁਲਿਸ ਮਾੜੀ ਜਿਹੜੀ ਭੱਜ ਗਈ ਮੋਹਰੇ, ਥਾਣਾ ਛੱਡ ਕੇ ਚਲੇ ਗਏ, ਤੁਹਾਨੂੰ ਪਤਾ ਉਹਨੇ ਚਲੇ ਗਏ।
फिर जे इन्होंने फड़ना थी अठ साढ़े अठ बजे घरों गया आप पुलिस मरी थी घरों चुक दे। अच्छा इन्होंने नानके जरा बनाया छोसा जहा छ्या सत्तर अस्सी हजार पुलिस मगर लगी हुई 500 गड्डी इधर जा इधर जा की गल इन्होंने फड़ना होया हजे भी नहीं पता फड़ होया कि नहीं फड़ होया। अच्छा फिर उधर कांग्रेस वालों फिर नवजोत सिद्धू कहते आ गया बाहर कहते जेल चो आ गया कहने हुण देखो फिर पटाके पैंदे कहते हाँ पटाके पैंदे हाँ वह भी एदा ही बोल बोलण वाला ही आना मैं देखो कहना लोग तो मैं चाहते ही बहुत ने जो कांग्रेस आस पटे है सारे हम जो दूआ प्रधान है वो जूदा डफली बजा जूदी बजा तो जो दूआ है अपना राणा गदीप जूदी बजा। अच्छा बापू फिर जो टिंकू जो ने रिंकू होनी जो आए ने आम आदमी पार्टी च है ना जिन्होंने उम्मीदवार बनाया वो बंदा किमें बंदा वधिया विचरदा लोगों च मैं थानू हूँ की पता वो जलंधर दा थी इतने पर इदा ये तो सारिया पार्टियां करी जाती बुजुर्ग जिहड़े ने झाड़ू समर्थक ने झाड़ू दे विरोधी ने बुजुर्ग कहिंदे ने कि झाड़ू तो हुण चक्किया गया पर यह झाड़ू लहराया जाऊ कि नतीजे दे विच झाड़ू पार्टी जिहड़ी आ जां आम आदमी पार्टी जिहड़ी आ अपना पंजाब दा पहला मैंबर पार्लीमेंट जलंधर दी सीट तों जित पाऊगी जां फिर रवायती पार्टी कांग्रेस जिहड़ी आ क्योंकि संतोख सिंह चौधरी जिहड़े ने कांग्रेस दे नाल संबंधित सी जां फिर कांग्रेस ते चौधरी परिवार जिहड़ा दोबारा ये सीट जित पाएगा ये तो आने वाला समा दसेगा। कैमरामैन साथी गुरप्रीत सिंह दे नाल संसारदीप सिंह आर एम बी टैलीविजन जलंधर।